ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਵੈਲਕਮ ਕਰਦਾ ਆਪਣੇ ਚੈਨਲ 'ਤੇ, ਅਤੇ ਤੁਹਾਡੇ ਲਈ ਪਹਿਲਾਂ ਘੈਂਟ ਘੈਂਟ ਵੀਡੀਓ ਲੈ ਕੇ ਆਉਂਦੇ ਰਹੇ, ਉਸੇ ਤਰ੍ਹਾਂ ਅੱਜ ਆਪਾਂ ਤੁਹਾਡੇ ਲਈ ਫੂਡ 3600 ਦੀ ਵੀਡੀਓ ਲੈ ਕੇ ਆਏ। ਅਤੇ ਜੋ ਇਸ ਟਰੈਕਟਰ ਦੀ ਖਾਸੀਅਤ ਆ, ਇਹ ਬਾਈ ਹੁਣਾਂ ਨੇ ਖੁਦ ਆਪ ਤਿਆਰ ਕੀਤਾ ਹੋਇਆ। ਇਹ ਨਹੀਂ ਕਿ ਬਾਈ ਹੁਣਾਂ ਨੇ ਕਿਤੇ ਤਿਆਰ ਕਰਵਾਇਆ, ਅਤੇ ਇਹਦੀ ਆਪਾਂ ਤੁਹਾਨੂੰ ਪੂਰੀ ਡਿਟੇਲ ਦਿੰਦੇ ਹਾਂ, ਕਿੰਨਾ ਟਾਈਮ ਜਿਹੜਾ ਇਹਨੂੰ ਤਿਆਰ ਕਰਨ 'ਤੇ ਲੱਗਾ, ਅਤੇ ਕੀ ਖਰਚਾ ਆ ਗਿਆ, ਅਤੇ ਆਪਾਂ ਕਰਦੇ ਬਾਈ ਹੁਣਾਂ ਦੇ ਨਾਲ ਗੱਲ। ਹਾਂ, ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਨਾਮ ਭਾਅ ਜੀ ਆਪਣਾ? ਸੁਖਪ੍ਰੀਤ ਸਿੰਘ। ਆਪਣਾ ਭਾਅ ਜੀ? ਆਪਣਾ ਭਾਈ ਗੁਰਕਮਲ ਸਿੰਘ। ਆਪਣਾ ਵੀਰੇ? ਜੋਰ ਭਾਈ। ਠੀਕ ਹੈ ਭਾਅ ਜੀ, ਅਤੇ ਭਾਅ ਜੀ ਕਿੰਨਾ ਮਾਡਲ ਸੀ ਪਹਿਲਾਂ ਇਹ ਦੱਸ ਦਿਓ ਟਰੈਕਟਰ ਦਾ ਇੱਕ ਵਾਰ। ਇਹ ਭਾਅ ਜੀ 97 ਮਾਡਲ। ਠੀਕ ਹੈ। ਹਾਂਜੀ, ਅਤੇ ਜਿਹੜਾ ਇਹ ਦਰਅਸਲ ਦੂਆ ਇਹ ਫੋਰਡ ਨੀਗਾ 3600। ਠੀਕ ਹੈ ਭਾਅ ਜੀ। ਇਹ ਫਾਰਮ 55 ਆ। ਠੀਕ ਹੈ, ਆਇਆ 3600 ਦੀ ਬੋਡੀ ਵਿੱਚ, ਮਤਲਬ ਹੈਗਾ ਫੋਰਡ ਦੀ ਸ਼ੇਪ 'ਚ। ਹਾਂ ਠੀਕ ਹੈ, ਤੇ ਮੁੜ ਕੇ ਅਸੀਂ ਉਦੋਂ ਬਾਅਦ 'ਚ ਜਿੱਦਾਂ ਸ਼ੇਪ ਇਹਦੀ ਚੇਂਜ ਹੋਈ ਸੀ ਹੈ ਨਾ। ਹਾਂ, ਉਦੋਂ ਬਾਅਦ ਇਹਨੂੰ ਅਸੀਂ ਫੋਰਡ ਹੁਣ ਤਿਆਰ ਕੀਤਾ ਫੋਰਡ ਦੇ ਰੂਪ 'ਚ। ਠੀਕ ਹੈ ਭਾਅ ਜੀ, ਤੇ ਮਤਲਬ ਪਹਿਲਾਂ ਫਾਰਮ ਟਰੈਕ 'ਚ ਹੀ ਆਇਆ ਸੀ? ਫਾਰਮ 55 ਹੈ। ਠੀਕ ਹੈ, ਫਾਰਮ 55 ਕਿਉਂਕਿ ਜਿਹੜੀਆਂ ਟੂਬਾਂ ਉਹ ਫਾਰਮ ਵਾਲੀਆਂ ਸਾਰੀਆਂ ਫੋਰਡ 'ਚ ਬ੍ਰੇਕਾਂ ਆਣੀਆਂ ਦੂਜੀਆਂ। ਹਾਂਜੀ ਹਾਂਜੀ, ਠੀਕ ਹੈ। ਤਾਂ ਜਿਹਨੂੰ ਆਪਾਂ ਕਹਿ ਦਈਏ ਕਿ ਕਵਰ ਵਾਲੀਆਂ ਜਿੱਦਾਂ ਬ੍ਰੇਕਾਂ ਆ ਜਾਂਦੀਆਂ ਹੈ ਨਾ। ਠੀਕ ਹੈ, ਹੈਗਾ 55 ਤੇ ਹੁਣ ਫੋਰਡ ਕਰ ਦਿੱਤਾ ਇਹਨਾਂ ਤੋਂ। ਠੀਕ ਹੈ ਭਾਅ ਜੀ, ਤੇ ਭਾਅ ਜੀ ਕਿੰਨਾ ਟਾਈਮ ਜਿੱਦਾਂ ਹੁਣ ਇਹਨੂੰ ਤਿਆਰ ਕੀਤੇ ਨੂੰ ਆਪਾਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਦੁਬਾਰਾ? ਤਿਆਰ ਕੀਤੇ ਨੂੰ ਮਾਰਚ 'ਚ ਤਿਆਰ ਹੋ ਗਿਆ ਸੀ। ਠੀਕ ਹੈ। ਹਾਂਜੀ, ਤੇ ਜੇ ਆਪਾਂ ਗੱਲ ਕਰੀਏ ਵੀ ਇੰਜਨ ਵਗੈਰਾ ਜੋ ਆਪਾਂ ਇਹਦਾ, ਉਹ ਓਰੀਜਨਲ ਹੀ ਰੱਖਿਆ ਜੋ ਵੀ ਦੁਬਾਰਾ ਤਿਆਰ ਕੀਤਾ? ਠੀਕ ਹੈ, ਉਹ ਲੋਡ ਨਹੀਂ ਪਈ? ਪਹਿਲਾਂ ਦਾ ਹੀ ਆ ਜੋ ਹੈਗਾ ਓਰੀਜਨਲ। ਠੀਕ ਹੈ ਭਾਅ ਜੀ, ਤੇ ਜੇ ਆਪਾਂ ਗੱਲ ਕਰੀਏ ਵੀ ਜਿਹੜਾ ਰੰਗ ਆਪਾਂ ਇਹਦੇ ਵਿੱਚ ਕਿਹੜਾ ਯੂਜ਼ ਕੀਤਾ ਭਾਅ ਜੀ? ਇਹ ਰੰਗ 2K ਭਾਅ ਜੀ, ਮੈਟੈਲਿਕ ਮੈਟੈਲਿਕ। ਹਾਂਜੀ ਠੀਕ ਹੈ, ਤੇ ਮਤਲਬ ਜਿੰਨਾ ਵੀ ਆਪਾਂ ਇਹਦਾ ਕੰਮ ਕੀਤਾ ਕੀਤਾ ਪਿੰਡ ਹੀ ਆ ਕੀਤਾ ਪਿੰਡ ਆਪਣੀ ਹਵੇਲੀ 'ਚ। ਠੀਕ ਹੈ ਭਾਅ ਜੀ, 1.5 ਮਹੀਨਾ ਕੰਮ ਚੱਲਿਆ ਵਾ। ਠੀਕ ਹੈ, ਹਵੇਲੀ ਚੱਲਿਆ, ਜੋ ਕੰਮ ਕੀਤੇ ਸਾਰੇ ਹਵੇਲੀ। ਠੀਕ ਹੈ, ਤੇ ਭਾਅ ਜੀ ਰੰਗ ਦਾ ਕਿੰਨਾ ਕੁ ਜਿੱਦਾਂ ਖਰਚਾ ਪੈ ਗਿਆ ਆਪਾਂ ਨੂੰ? ਰੰਗ ਦਾ ਭਾਅ ਜੀ ਪੈ ਗਿਆ 30,000 ਪੈ ਗਿਆ ਹੁਣ, ਲੇਬਰ ਕੋਸਟ ਪਾ ਕੇ ਸਾਰੀ। ਠੀਕ ਹੈ, 30 ਤੋਂ 32 ਦੇ ਵਿੱਚ। ਹਾਂਜੀ ਠੀਕ ਆ, ਤੇ ਜਿਹਦਾ ਪੁਰਾਣਾ ਰੰਗ ਐਨ ਚੰਗੀ ਤਰ੍ਹਾਂ ਲਾ ਲੂ ਕੇ ਪਹਿਲਾਂ ਨਾ? ਐਨ ਭਾਅ ਜੀ, ਬੰਦਾ ਬਹੁਤ ਮਿਹਨਤੀ ਜਿਹੜਾ ਆਇਆ ਸੀਗਾ। ਠੀਕ ਹੈ, ਪੁਰਾਣਾ ਰੰਗ ਸਾਰਾ ਉਹਨੇ ਲਾਇਆ। ਠੀਕ ਹੈ, ਨਹੀਂ ਤਾਂ ਆਮ ਦੁਕਾਨਦਾਰ ਕਿਲੋ ਕਾਸਟਿੰਗ ਸੋਡਾ 2 ਕਿਲੋ ਹੱਦ ਲਾਉਂਦੇ। ਠੀਕ ਹੈ, 7-8 ਕਿਲੋ ਦਾ ਲਾਇਆ। ਠੀਕ, ਐਨ ਪੂਰਾ ਲਾਲ ਕੱਢ ਕੇ ਫੇਰ ਉਹਨੇ ਉਸ ਤੋਂ ਬਾਅਦ ਸ਼ੁਰੂ ਕੀਤਾ। ਠੀਕ ਹੈ, ਐਂ ਰੰਗ ਲਾ ਕੇ। ਸਹੀ ਆ, ਤੇ ਭਾਈ ਜੀ ਆਪਾਂ ਇਹਦੇ ਬੰਪਰ ਦੀ ਗੱਲ ਕਰੀਏ ਫਰੰਟ ਸਾਈਡ ਤੇ, ਹੈ ਨਾ? ਹਾਂਜੀ ਭਾਈ, ਇਹ ਆਪਾਂ ਨੂੰ ਇਹਦਾ ਕਿੰਨਾ ਕੁ ਦਾ ਵੇਟ, ਕਿੰਨਾ ਕੁ ਇਹਦਾ ਬੰਪਰ ਦਾ? ਭਾਈ ਕੁਇੰਟਲ ਦਾ? ਪੂਰਾ ਕੁਇੰਟਲ ਦਾ? ਹਾਂਜੀ ਠੀਕ ਹੈ, ਤੇ ਇਹਦਾ ਆਪਾਂ ਨੂੰ ਕੀ ਖਰਚਾ ਪੈ ਗਿਆ? ਇਹ ਆਪਾਂ ਨੂੰ ਪੈ ਗਿਆ ਸੀਗਾ ਇਹ 10,000 ਦਾ ਹੀ ਪੈ ਗਿਆ। ਸਹੀ ਹੈ। ਹਾਂਜੀ, ਰੰਗ ਰੁੰਗ ਕਰਕੇ ਸਾਰਾ ਓਕੇ ਕਰਕੇ? ਹਾਂਜੀ ਭਾਈ। ਠੀਕ ਹੈ ਭਾਈ, ਸਾਰਾ ਕੁਝ ਠੀਕ ਹੈ। ਤੇ ਭਾਅ ਜੀ ਆਪਾਂ ਇਹ ਪਾਵਰ ਵੀ ਜਿੱਦਾਂ ਆਪ ਹੀ ਕੀਤਾ ਹੈ ਨਾ, ਤੇ ਇਹਦੇ ਵਿੱਚ ਫਿਰ ਆਪਾਂ ਨੂੰ ਕੀ ਚੇਂਜ ਕਰਨਾ ਪਿਆ ਜੋ ਪਾਵਰ ਕੀਤਾ? ਇਹਦੇ ਵਿੱਚ ਭਾਅ ਜੀ ਪਹਿਲਾਂ ਤਾਂ ਇਹਦਾ ਜਿਹੜਾ ਉਹ ਹਿੱਸਾ ਉਹ ਚੇਂਜ ਹੋਇਆ ਵਾ। ਠੀਕ ਆ, ਉਹ ਸਾਰਾ ਜਾਣੀ ਕਿ 60 T20 ਦਾ ਨਵਾਂ ਹਿੱਸਾ ਲਿਆਂਦਾ ਸੀਗਾ। ਠੀਕ ਹੈ ਭਾਈ, ਇਹਦੇ ਹਿੱਸਾ ਲਿਆਂਦਾ ਸੀ ਪਟਿਆਲੇ ਤੋਂ, ਨਵਾਂ ਹੀ ਓਰੀਜਨਲ ਜੋ ਸੀਗਾ ਸਾਰਾ ਹੀ। ਅੱਛਾ ਜੀ, ਤੇ ਉਹ ਨਾਲ ਪਾਵਰ ਫਿਰ ਅਸੀਂ ਆਪ ਹੀ ਸਾਰਾ ਹਵੇਲੀ ਕੀਤਾ। ਇਹਨੂੰ ਸਾਨੂੰ ਲੱਗਾ ਸੀ 1.5 ਦਿਨ ਹੱਦ। ਠੀਕ ਹੈ ਭਾਈ, ਉਹ ਵੀ ਤਾਂ ਲੱਗਾ ਸੀ ਕਿਉਂਕਿ ਸ਼ਹਿਰ ਗੇੜਾ ਮਾਰਨਾ ਪੈਂਦਾ ਜੀ, ਕਿਉਂਕਿ ਸਮਾਨ ਥੋੜ ਜਾਂਦਾ ਸੀ, ਕਦੀ ਕੁਛ ਥੋੜ ਜਾਂਦਾ ਸੀਗਾ। ਹਾਂਜੀ ਹਾਂਜੀ, ਜੇ ਉਹ ਤਾਂ ਕੀਤਾ ਫਿਰ ਅਸੀਂ ਵਿਹਲੇ ਸੀਗੇ। ਠੀਕ ਹੈ, 4-5 ਜਾਣੇ ਲੱਗੇ ਰਹੇ। ਠੀਕ ਹੈ, ਤੇ ਉਹ ਕਰਦੇ ਰਹੇ, ਨਹੀਂ ਤਾਂ ਦੁਕਾਨਦਾਰ ਕਹਿੰਦੇ ਸੀਗੇ ਕਿ 9-10 ਹਜ਼ਾਰ ਰੁਪਈਆ ਪਾਵਰ ਦਾ। ਠੀਕ ਹੈ ਭਾਈ, ਨਾਲੇ ਛੱਡ ਜਾਓ ਤੇ ਨਾਲੇ 15 ਦਿਨ। ਠੀਕ ਹੈ ਭਾਈ, ਨਿੱਕੇ ਜੇ ਕੰਮ ਨੂੰ ਦੇਖ ਲਓ 1.5 ਦਿਨ ਲੱਗਦਾ ਵਾ, ਤੇ ਉਹ 15 ਦਿਨ ਲਗਾਉਂਦੇ। ਠੀਕ ਹੈ ਭਾਈ, ਤੇ ਇਹਦੀ ਵਜ੍ਹਾ ਸਿਰਫ ਟਾਈਮਿੰਗ ਹੈਲਦੀ ਆ। ਅੱਛਾ ਜੀ, ਟਾਈਮਿੰਗ ਆਪਣੇ ਕੋਲ ਵੀ ਬੰਦਾ ਆ ਕੇ ਸਿਰਫ ਇੱਕ ਟਾਈਮਿੰਗ ਕਰਨੀ ਪੈਂਦੀ ਪਲੇਟਾਂ ਦੀ, ਟਾਈਮਿੰਗ ਕਰਾ ਲਈ। ਠੀਕ ਹੈ ਭਾਈ, ਬਾਕੀ ਸਾਰਾ ਆਪ ਉਹਦਾ ਭਾਈ ਕੀ ਰੋਲ ਹੁੰਦਾ ਟਾਈਮਿੰਗ ਦਾ, ਜਿਹਦਾ ਮਤਲਬ ਕਿ ਉਹ ਕਾਹਤੋਂ ਨਹੀਂ ਸੈਟਿੰਗ ਆਉਂਦੀ ਜਿੱਦਾਂ? ਉਹ ਭਾਅ ਜੀ ਸਟਾਰਟਿੰਗ ਦਾ ਰੋਲ ਹੁੰਦਾ, ਉਹਨੇ ਟਾਈਮਿੰਗ ਜੇ ਆਪਣੇ ਉਲਟ ਹੋ ਜਾਵੇ ਫਿਰ ਸਟਾਰਟ ਨਹੀਂ ਹੋਣਾ ਇਹਨੇ। ਠੀਕ ਹੈ ਭਾਈ, ਉਹ ਬੰਦੇ ਤੋਂ ਕਰਵਾਈ ਹੈ ਨੌਲੇਜ ਵਾਲੇ ਤੋਂ? ਹਾਂਜੀ ਠੀਕ ਹੈ ਭਾਈ, ਉਹ ਮਿਸਤਰੀ ਤੋਂ ਆ ਗਏ ਤਾਂ ਉਹ ਟਾਈਮਿੰਗ ਕਰਨ ਨੂੰ ਭਾਈ 2 ਮਿੰਟ ਲਾਦੇ ਬਸ, ਠੀਕ ਹੈ, ਗਰਾਰੀਆਂ ਸੈੱਟ ਬਣਾਉਣੀਆਂ ਹੁੰਦੀਆਂ ਆਪਦੇ ਦੇ ਪੁਆਇੰਟ ਤੇ। ਠੀਕ ਹੈ ਭਾਈ, ਹਾਂਜੀ, ਤੇ ਭਾਈ ਜਿੱਦਾਂ ਆਪਾਂ ਨੂੰ ਹਿੱਸਾ ਫਿਰ ਕਿੰਨੇ ਕੁ ਦਾ ਜਿੱਦਾਂ ਮਿਲ ਗਿਆ ਉਥੋਂ? ਹਿੱਸਾ ਭਾਅ ਜੀ ਆਪਾਂ ਨੂੰ ਪਿਆ ਉਥੋਂ 43,000 ਵਿਦ ਪਾਵਰ। ਵਿਦ ਪਾਵਰ, ਠੀਕ ਹੈ ਭਾਈ, ਤੇ ਸਾਰੀ ਉਹ ਜਿਹੜੀ ਆਰਮਨੀ ਡੋਲ ਸਾਰੀ ਕਿੱਟ। ਠੀਕ ਹੈ, ਉਹ ਸਟੀਅਰਿੰਗ ਆ ਵਿੱਚ। ਠੀਕ ਹੈ, ਹਾਂਜੀ, ਤੇ ਟਾਇਰ ਆਪਾਂ ਇਹਦੇ ਵਿੱਚ ਯੂਜ਼ ਕੀਤੇ ਤੇ ਅਲੋਏ ਵੀਲ ਆਪਾਂ ਉਹ ਯੂਜ਼ ਕੀਤੇ ਜਿਹੜੇ ਵਿਦਆਊਟ ਸਪੇਸਰ ਤੋਂ ਯੂਜ਼ ਹੁੰਦੇ। ਹਾਂਜੀ ਭਾਅ ਜੀ, ਇਹ ਚਲੋ ਹੁਣ ਵਧੀਆ ਚੀਜ਼ ਆ ਗਈ ਹੈ, ਜਿਹਦਾ ਪਹਿਲਾਂ ਕੋਈ ਪ੍ਰੋਬਲਮ ਆਉਂਦੀ ਸੀ ਨਾ ਸਪੇਸਰ ਨਾਲ, ਕੋਈ ਟੁੱਟਣ ਦੀ ਪ੍ਰੋਬਲਮ ਨਹੀਂ, ਕਿਤੇ ਟੱਪ ਵੀ ਜਾਵੇ ਜਾਂਦੇ ਆ। ਹਾਂਜੀ, ਉਹ ਵੀ ਪਾ ਕੇ ਦੇਖੇ ਪਹਿਲਾਂ। ਠੀਕ ਹੈ ਭਾਈ, ਹਾਂਜੀ, ਤੇ ਇਹਨਾਂ ਨੂੰ ਆਪਾਂ ਜੇ ਟਾਇਰਾਂ ਨੂੰ ਕਹਿ ਦਈਏ, ਇਹਨਾਂ ਨੂੰ ਹਾਕੀ ਵਾਲੀ ਗੁੱਡੀ ਜਿਹੜੀ ਆਪਾਂ ਕਹਿ ਦਿੰਦੇ ਹਾਂ ਨਾ, ਇਹਨਾਂ ਨੂੰ ਟਾਇਰਾਂ ਨੂੰ ਹੈ ਨਾ, ਤੇ ਇਹਨਾਂ ਨੂੰ ਆਪਾਂ ਨੂੰ ਭਾਈ ਕਿੰਨਾ ਕੁ ਖਰਚਾ ਪੈ ਗਿਆ ਇਹਦਾ? ਇਹਦਾ ਭਾਅ ਜੀ ਪਿਆ 23,000 ਵਿਦ ਡਰਮ। ਠੀਕ ਹੈ, ਹਾਂਜੀ, ਤੇ ਫਿਟਿੰਗ ਫਿਟਿੰਗ ਸਾਰਾ ਕੁਝ ਤੇ ਫਿਰ ਤੁਸੀਂ ਫਿਟਿੰਗ? ਹਾਂਜੀ, ਉੱਥੋਂ ਸਾਰਾ ਆਪ ਹੀ ਤਿਆਗ ਕੀਤਾ ਵਾ। ਠੀਕ, ਮੈਂ ਲੈ ਕੇ ਅਸੀਂ ਆਉਂਦੇ ਸੀ ਸਮਰਾਲੇ ਤੋਂ।
ਪ੍ਰੈਸ਼ਰ ਹੋਣ ਜਿਹਨੂੰ ਆਪਾਂ ਕਹਿ ਦਈਏ ਉਹ ਵੀ ਲੱਗੀ ਹੋਈ ਦੋ ਤਾਂ ਵਿੱਚ ਲਵਾਇਆ ਕਿਉਂਕਿ ਬਾਹਰ ਮੀਂਹ ਮੂ ਪੈ ਜਾਂਦਾ ਪਾਣੀ ਪੈਣ ਤੋਂ ਖਰਾਬ ਹੋ ਜਾਂਦਾ ਹਾਂਜੀ ਤਾਂ ਵਿਚਾਰ ਰਹਿੰਦਾ ਹਾਂਜੀ ਤੇ ਭਾਜੀ ਆਪਾਂ ਏਅਰ ਕਲੀਨਰ ਇਹਦਾ ਯੂਜ਼ ਕਿਹੜਾ ਕੀਤਾ ਇਹ ਇਹ ਭਾਜੀ ਨਿਕਲ ਵਾਲਾ ਕੀਤਾ ਤੇ ਇਸੇ ਦਾ ਹੀਗਾ ਜਿੱਦਾਂ ਜਿਹੜਾ ਹੁਣ ਨਿਊ ਹੋਲੈਂਡ ਨਵਾਂ ਲਿਆ ਨਵਾਂ ਲਿਆ ਨਿਊ ਹੋਲੈਂਡ ਵਾਲਾ ਹੈ ਨਾ ਛੋਟੇ ਸ਼ੀਸ਼ੇ ਵਾਲਾ ਜਾਂਦਾ ਹਾਂਜੀ ਹਾਂਜੀ ਇਹ ਤਾਂ ਹੋਰ ਇਦੋਂ ਲੰਬਾ ਹੀ ਕੱਟ ਕੇ ਛੋਟਾ ਕੀਤਾ ਠੀਕ ਹੈ ਭਾਜੀ ਹਾਂਜੀ ਠੀਕ ਆ ਤੇ ਐਗਜ਼ੌਸਟ ਆਪਾਂ ਇਹਦੇ ਵਿੱਚ ਲਗਵਾਇਆ ਹੋਇਆ ਉਹ ਵੀ ਕ੍ਰੋਮ ਵਾਲਾ ਹੈ ਨਾ ਹਾਂਜੀ ਇਹ ਵੀ ਕ੍ਰੋਮ ਦਾ ਇਹ ਆਪਾਂ ਨੂੰ ਭਾਜੀ ਆਪਾਂ ਜਿੱਦਾਂ ਕਿੱਥੋਂ ਬਾਈ ਕੀਤਾ ਤੇ ਕਿੰਨੀ ਕਿਹਦੀ ਕੋਸਟ ਪੈ ਗਈ ਨਕੋਦਰ ਆ ਜਨਤਾ ਸਪੇਅਰ ਪਾਰਟ ਵਾਲੇ ਠੀਕ ਹੈ ਭਾਜੀ ਦੇ ਨੇੜੇ ਹੀ ਆ ਠੀਕ ਆ ਉੱਥੋਂ ਲਿਆ ਸੀ ਠੀਕ ਆ ਤੇ ਇਹਦੀ ਕੋਸਟ ਕਿੰਨੀ ਕੁ ਪੈ ਗਈ ਆਪਾਂ ਨੂੰ ਕੋਸਟ ਭਾਜੀ ਸਲਾਂਸਰ ਤਾਂ ਲਿਆਈ 2000 ਦਾ ਠੀਕ ਆ ਹਾਂਜੀ ਤੇ ਹੁਣ ਆਪਾਂ ਚੱਲਦੇ ਬੈਕ ਸਾਈਡ ਵਾਲੀ ਭਾਈ ਜਿਹੜੀ ਅਸੈਸਰੀ ਜਿੱਦਾਂ ਕ੍ਰੋਮ ਅਸੈਸਰੀ ਆਪਾਂ ਕਹਿ ਦਈਏ ਹੈ ਨਾ ਇਹ ਆਪਾਂ ਕਿੱਥੋਂ ਬਾਏ ਕੀਤੀ ਭਾਜੀ ਇਹ ਵੀ ਉੱਥੋਂ ਹੀ ਕੀਤੀ ਭਾਜੀ ਨਕੋਦਰ ਤੋਂ ਸਪੇਅਰ ਪਾਰਟ ਤੋਂ ਹਾਂਜੀ ਠੀਕ ਹੈ ਭਾਜੀ ਤੇ ਇਹਨਾਂ ਦਾ ਆਪਾਂ ਨੂੰ ਅਸੈਸਰੀ ਦੀ ਕਿੰਨੀ ਕੁ ਕੋਸਟ ਪੈ ਗਈ ਜਿਹੜਾ ਇਹ ਅਸੈਸਰੀ ਜੀ ਭਾਜੀ ਹੌਲੀ ਹੌਲੀ ਲੱਗੀ ਗਈ ਆ ਨਾਲ ਨਾਲ ਲਾਈ ਗਈ ਇਹਨਾਂ ਦੀ ਨਾਰਮਲ ਕੋਸਟ ਭਾਜੀ 2000 ਦੀ 2000 ਵਿੱਚ ਉਹ ਜਿੱਦਾਂ ਸੈੱਟ ਦੇ ਦਿੰਦੇ ਸ਼ੀਸ਼ਾ ਹੋ ਗਿਆ ਠੀਕ ਹੈ ਭਾਜੀ 2000 ਰੁਪਏ ਠੀਕ ਹੈ ਠੀਕ ਹੈ ਕੁਝ ਮਹਿੰਗੀ ਨਹੀਂ ਵਾਲੀ ਠੀਕ ਹੈ ਭਾਜੀ ਤੇ ਬਾਕੀ ਹੋਰ ਆਪਾਂ ਇਹਦੇ ਵਿੱਚ ਜਿੱਦਾਂ ਇੰਜਨ ਦੇ ਵਿੱਚ ਆਪਾਂ ਕੋਈ ਚੇਂਜ ਨਹੀਂ ਕੀਤਾ ਇੰਜਨ ਕੋਈ ਮਤਲਬ ਜੋ ਓਰੀਜਨਲ ਹੀ ਚੱਲਦਾ ਪਿਆ ਹਾਂ ਜਿਵੇਂ ਉਹਦੇ ਲਿਖਿਆ ਵੀ ਫਾਰਮ ਟਰੈਕ ਹਾਂਜੀ ਇਹ ਫਾਰਮ 55 ਦਾ ਫੋਰਡ ਬਣਾਇਆ ਠੀਕ ਹੈ ਭਾਜੀ ਆਪਾਂ ਨੂੰ ਤਿਆਰ ਕਰਦਿਆਂ ਕਰਦਿਆਂ ਨੂੰ ਕਿੰਨਾ ਕੁ ਟਾਈਮ ਜਿੱਦਾਂ ਪ੍ਰੋਸੈਸ ਕਿੰਨੇ ਕੁ ਟਾਈਮ ਦਾ ਆਪਾਂ ਨੂੰ ਲੱਗ ਗਿਆ 1.5-2 ਮਹੀਨਿਆਂ ਦੇ ਬੈਚ ਲੱਗ ਗਿਆ ਭਾਜੀ ਠੀਕ ਆ ਜਿੱਦਾਂ ਵਿੱਚ ਰੰਗ ਵਾਲਿਆਂ ਦਾ ਥੋੜ੍ਹਾ ਜਿਹਾ ਟਾਈਮ ਲੱਗ ਗਿਆ ਉਹ ਸਾਰਾ ਲਾਉਣਾ ਪੈਂਦਾ ਨਾ ਹਾਂਜੀ ਉਹ ਤੁਹਾਡੇ ਨਾਲ ਟਾਈਮ ਬਹੁਤ ਲੱਗਦਾ ਹਾਂਜੀ ਵੈਸੇ ਵੀ ਚਲੋ ਵਧੀਆ ਆਇਆ ਕਿ ਬਾਅਦ ਵਿੱਚ ਕੋਈ ਪੱਟੀ ਉਖੜ ਜਾਵੇ ਵਗੈਰਾ ਵਗੈਰਾ ਨਾ ਮੇਰੇ ਖਿਆਲ ਲੱਗ ਗਿਆ ਸੀ 4-5 ਦਿਨ ਲਾਉਣ ਨੂੰ ਠੀਕ ਹੈ ਭਾਜੀ ਪੂਰੀ ਮਿਹਨਤ ਨਾਲ ਥੱਲੀ ਨਾਲ ਲਾਇਆ ਠੀਕ ਹੈ ਅਤੇ ਜੀ ਆਪਾਂ ਬੈਕ ਸਾਈਡ 'ਤੇ ਚੱਲੀਏ ਤਾਂ ਆਪਾਂ ਇਹਦੇ ਜਿਹੜੇ ਭਾਜੀ ਫੈਨ ਡਰਾਈਵ ਹੀ ਓਰੀਜਨਲ ਹੀ ਆ ਕਿ ਜਾਂ ਇਹ ਚੇਂਜ ਕੀਤੇ ਆ ਨਹੀਂ ਭਾਜੀ ਓਰੀਜਨਲ ਆ ਠੀਕ ਇਹਨੂੰ ਦੁਬਾਰਾ ਇਹਨੂੰ ਯਾਨੀ ਕਿ ਪੇਂਟ ਕਰਾ ਲਿਆ ਪੂਰੇ ਠੀਕ ਹੈ ਹਾਂਜੀ ਵੈਸੇ ਓਰੀਜਨਲ ਹੀ ਪਹਿਲਾਂ ਜਿਹੜੇ ਨਾਲ ਪਹਿਲੇ ਹੀ ਆ ਜੋ ਹੈਗੇ ਕਿਉਂਕਿ ਓਰੀਜਨਲ ਜੀ ਜਿਹੜੀ ਪਹਿਲੀ ਜੋ ਹੈਗੀ ਹੈ ਵੀ ਹਾਂਜੀ ਹਾਂਜੀ ਜਿਹੜੇ ਅੱਜ ਕੱਲ ਆਉਂਦੇ ਥੋੜੇ ਜਿਹੇ ਹਲਕੇ ਜਿਹੇ ਵੀ ਹਲਕੇ ਹਾਂਜੀ ਹਾਂਜੀ ਇਹ ਗੱਲ ਸਹੀ ਹੈ ਭਾਜੀ ਤੇ ਬਾਕੀ ਤੁਸੀਂ ਦੇ ਸਾਡੇ ਥੱਲੇ ਮੈਟ ਗ੍ਰਾਸ ਲੱਗਾ ਹੋਇਆ ਤੇ ਭਾਈ ਆਪਾਂ ਜਿਹੜਾ ਇਹਦਾ ਰੂਫ ਇਹਦੇ ਵਿੱਚ ਆਪਾਂ ਲਗਵਾਇਆ ਇਹ ਵੀ ਆਪਾਂ ਆਪ ਹੀ ਫਿਟਿੰਗ ਕੀਤੀ ਕਿ ਜਾਂ ਇਹ ਲਗਵਾਇਆ ਆਪਾਂ ਕਿਤੇ ਇਹ ਆਪ ਹੀ ਕੀਤੀ ਇਹ ਆਪ ਹੀ ਭਾਈ ਸਾਰਾ ਕੁਝ ਆਪ ਹੀ ਕੀਤੀ ਇਹ ਲਿਆਂਦਾ ਤਾਂ ਅੱਜ ਤੋਂ ਪਹਿਲਾਂ ਸੀਗਾ ਹੋ ਗਏ ਹੁਣ 7 ਸਾਲ ਪਹਿਲਾਂ ਦੀ ਛਤਰੀ ਆ ਠੀਕ ਹੈ ਭਾਜੀ ਇਹ ਉਦੋਂ ਲਿਆਂਦੀ ਉਦੋਂ ਇੱਥੇ ਲੱਗੀ 55 ਦੇ ਪਹਿਲਾਂ ਲੱਗੀ ਹੁੰਦੀ ਸੀ ਠੀਕ ਹੈ ਉਦੋਂ ਬਾਅਦ ਫਿਰ ਹੁਣ ਜਿਹੜੀਆਂ ਲਾਈਟਾਂ ਦੀ ਮੋਡੀਫਿਕੇਸ਼ਨ ਕੀਤੀ ਸਾਰੀ ਆਪ ਲਾਈ ਆ ਠੀਕ ਆ ਤੇ ਇਹਨੂੰ ਇਹ ਛਤਰੀ ਤੇ ਬਟੂ ਕੇ ਪੇਂਟ ਮਰਵਾਇਆ ਵਾ ਸਹੀ ਆ ਹਾਂਜੀ ਇੱਕ ਵਾਰੀ ਦੁਬਾਰਾ ਪਹਿਲਾਂ ਰੰਗ ਹੋਰ ਹਿਸਾਬ ਦਾ ਹੀ ਜਾਣ ਕੇ ਹਲਕਾ ਲਾਉਂਦੇ ਹੁੰਦੇ ਹਾਂਜੀ ਹਾਂਜੀ ਜੋ ਮਗਰਾਡਾ ਰੰਗ ਉਹੀ ਟੂ ਕੇ ਅਸੀਂ ਸੇਮ ਛਤਰੀ ਤੇ ਕਰਾਤਾ ਠੀਕ ਹੈ ਭਾਜੀ ਬਾਕੀ ਦੇਖ ਕੇ ਲੱਗਦਾ ਹੀ ਨਹੀਂ ਕਿ ਜਿੱਦਾਂ ਪੁਰਾਣੀਆਂ ਹੈ ਹੈ ਕਿ 7 ਸਾਲ ਪੁਰਾਣੀਆਂ ਵਧੀਆ ਕੀਤਾ ਹਨਾ ਉਦੋਂ ਇੱਥੇ ਟਾਈਮ ਟਾਈਮ ਹੀ ਹੁੰਦੀ ਜਦੋਂ ਦੀ ਅਸੀਂ ਲਾਈ ਹੋਈ ਆ ਉਦੋਂ ਤਾਂ ਹੁੰਦੀ ਨਹੀਂ ਸੀ ਬਹੁਤ ਘੱਟ ਸੀ ਭਾਜੀ ਜਿੱਦਾਂ ਹੈੱਡਾਂ ਤੇ ਲਾਉਂਦੇ ਹੁੰਦੇ ਸੀ ਹੈੱਡਾਂ ਨਹੀਂ ਪਿਆ ਹਾਂਜੀ ਹਾਂਜੀ ਲਾਉਂਦੇ ਹੁੰਦੇ ਸੀ ਠੀਕ ਆ ਤੇ ਭਾਜੀ ਜਿਹੜੀਆਂ ਲਾਈਟਾਂ ਆਪਾਂ ਫਰੰਟ ਸਾਈਡ ਤੇ ਯੂਜ਼ ਕੀਤੇ ਪ੍ਰੋਜੈਕਟਰ ਜਿਹੜੇ ਹਨ ਇਹਨਾਂ ਦਾ ਆਪਾਂ ਨੂੰ ਕਿੰਨੀ ਕੁ ਕੋਸਟ ਪੈ ਗਈ ਜੀ ਭਾਜੀ 500 ਪਰ ਪੀਸ ਪਿਆ ਸੀ ਇਹਨਾਂ ਦਾ ਅੱਛਾ ਐਮਾਜ਼ਨ ਤੋਂ ਮੰਗਾਏ ਸੀ ਉਦੋਂ ਅਸੀਂ ਠੀਕ ਹੈ ਭਾਜੀ ਹਾਂਜੀ ਤੇ ਕਿੱਦਾਂ ਓਕੇ ਆ ਪੂਰਾ ਵੀ ਕੁਆਲਿਟੀ ਵਾਈਜ਼ ਕਿ ਜਾਂ ਇੱਥੋਂ ਕਿਤੇ ਵੀ ਹੈਗਾ ਮਨ 'ਚ ਵੀ ਜੇ ਹੋਰ ਕੋਈ ਲਾ ਕੇ ਦੇਖ ਲੈਂਦੇ ਜਾਂ ਵਗੈਰਾ ਨਹੀਂ ਜੋ ਜਦੋਂ ਕੋਈ ਚੀਜ਼ ਖਰਾਬੀ ਦਿੰਦੀ ਤਾਂ ਉਦੋਂ ਹੀ ਹੁੰਦਾ ਭਾਜੀ ਇੱਦਾਂ ਜਿੰਨਾ ਚਿਰ ਚੱਲਦੀ ਉਹਨਾਂ ਚਿਰ ਤਾਂ ਓਕੇ ਹੀ ਆ ਠੀਕ ਹੈ ਜੀ ਠੀਕ ਆ ਤੇ ਸਿਸਟਮ ਵਾਲ ਜੇ ਆਪਾਂ ਚੱਲੀਏ ਤੇ ਭਾਜੀ ਆਪਾਂ ਇਹਦੇ ਵਿੱਚ JBC ਦੇ ਜਿਹੜੇ ਓਵਲ ਯੂਜ਼ ਕੀਤੇ ਹੈ ਨਾ ਤੇ 2 ਰੌਕਫੋਰਡ ਤੇ ਭਾਈ ਮੋਨੋ ਆਪਾਂ ਕਿਹੜਾ ਯੂਜ਼ ਕੀਤਾ ਰੌਕਫੋਰਡ ਦੇ ਲਈ ਰੌਕਫੋਰਡ ਹੀ ਪ੍ਰਾਈਮ ਭਾਜੀ ਪ੍ਰਾਈਮ ਸੀਰੀ ਹੈ ਨਾ ਹਾਂਜੀ ਠੀਕ ਹੈ ਤੇ ਐਂਪਲੀਫਾਇਰ ਸਪੀਕਰਾਂ ਲਈ ਐਂਪਲੀਫਾਇਰ ਭਾਜੀ ਪਤਾ ਨਹੀਂ ਉਹਨੇ ਵਿੱਚ ਹੀ ਲਾਇਆ ਵਾ ਹਾਂਜੀ ਠੀਕ ਹੈ ਬਾਕਸ ਦੇ ਵਿੱਚ ਹੀ ਲਾਇਆ ਉਹ ਸਪੀਕਰਾਂ ਦਾ ਉਹ ਪਤਾ ਨਹੀਂ ਕਿਹੜਾ ਸਾਰੇ ਫਿਟਿੰਗ ਵਿੱਚ ਹੀ ਆ ਉਹ ਜਿੱਦਾਂ ਅਸੀਂ ਤਾਂ ਉਹਨੂੰ ਕਿਹਾ ਸੀ ਵੀ ਤੂੰ ਆਪਦੇ ਹਿਸਾਬ ਨਾਲ ਵੀ ਓਕੇ ਰਿਪੋਰਟ ਕਰ ਦੇ ਪੂਰਾ ਕੰਮ ਠੀਕ ਹੈ ਭਾਜੀ ਜਿੱਦਾਂ ਉਹ ਕਹਿੰਦਾ ਜਿਹੜਾ ਮੈਨੂੰ ਸੈੱਟ ਲੱਗਦਾ ਵੀ ਤੁਸੀਂ ਮੈਨੂੰ ਲਾ ਲੈਣ ਦਿਓ ਤੈਨੂੰ ਮੈਂ ਖਰਚਾ ਦੱਸੀ ਦੇਣਾ ਤੁਸੀਂ ਕਰੀ ਚੱਲੋ ਠੀਕ ਹੈ ਭਾਜੀ ਹਾਂਜੀ ਇਦਾਂ ਕੀਤੀ ਜੀ ਆਪਣਾ ਨਕੋਦਰ ਆ ਭਈਆ ਕਹਿਣ ਦੇ 30 ਪਿਆਰ ਨਾਲ ਠੀਕ ਹੈ ਭਾਜੀ ਸਾਊਂਡ ਸਿਸਟਮ ਠੀਕ ਹੈ ਸ਼ੰਕਰ ਤੇ ਬਾਕੀ ਫਿਟਿੰਗ ਦੇ ਹਿਸਾਬ ਨੇ ਆ ਜੇ ਕਿਤੇ ਵੀ ਕੋਈ ਬਾਹਰ ਦੇ ਨਹੀਂ ਇਦਾਂ ਕਿ ਇੱਕ ਬਾਹਰ ਕੋਈ ਬਾਹਰ ਕੋਈ ਕਰਦੀ ਹੋਵੇ ਹਾਂਜੀ ਕਰੰਟ ਵਾਲੀ ਛੱਡੀ ਭਾਜੀ ਬਸ ਠੀਕ ਹੈ ਤੇ ਬਾਕੀ ਜਿਹੜੀ ਵਧੀਆ ਚੀਜ਼ ਇਹ ਆ ਕਿ ਮੋਨੋ ਤੇ ਐਂਪ ਜਿਹੜਾ ਉਹ ਤੁਸੀਂ ਵਿੱਚ ਹੀ ਲਗਵਾ ਲਿਆ ਉਹ ਵਧੀਆ ਚੀਜ਼ ਹੋਊਗੀ ਹੈ ਨਾ ਮੀਂਹ ਪਾਣੀ ਤੋਂ ਡਰ ਹਾਂਜੀ 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 ਤੇ ਪਲੇਅਰ ਭਾਜੀ ਆਪਾਂ ਕਿਹੜਾ ਯੂਜ਼ ਕੀਤਾ ਇਹਦੇ ਵਿੱਚ JBC ਓਰੀਜਨਲ ਭਾਜੀ ਠੀਕ ਹੈ ਹਾਂਜੀ ਮਾੜਾ ਹਲਕਾ ਪਲੇਅਰ ਛੇਤੀ ਚੱਲਣਾ ਨਹੀਂ ਸੀਗਾ ਠੀਕ ਹੈ ਪਲੇਅਰ ਵੀ ਮਹਿੰਗਾ ਹੈ ਬਾਬਾ ਹਾਂਜੀ ਹਾਂਜੀ ਤੇ ਭਾਜੀ ਆਪਾਂ ਨੂੰ ਇਹਦੀ ਕਿੰਨੀ ਕੁ ਕੋਸਟ ਪੈ ਗਈ ਜੀ ਭਾਜੀ 55,000+ ਹੀ ਪਲੱਸ ਹੀ ਲੱਗਾ ਜੀ ਠੀਕ ਹੈ ਹਾਂਜੀ ਤੇ ਬਾਕੀ ਆਪਾਂ ਤੁਹਾਨੂੰ NCS ਦਾ ਮਿਊਜ਼ਿਕ ਇਹਦਾ ਸੁਣਾਵਾਂਗੇ ਜੇ ਪੰਜਾਬੀ ਵਰਜ਼ਨ ਸੁਣਨਾ ਚਾਹੁੰਦੇ ਤਾਂ ਮੇਰੇ ਇੰਸਟਾਗ੍ਰਾਮ ਅਕਾਊਂਟ 'ਤੇ ਜਾ ਕੇ ਵੀ ਤੁਸੀਂ ਸੁਣ ਸਕਦੇ
ਅਤੇ ਬਾਕੀ NCS ਦਾ ਮਿਊਜ਼ਿਕ ਇੰਜੋਏ ਕਰੋ, ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅੱਗੇ ਹੋਰ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਰ ਨਿਊ ਵੀਵਰਸ ਹਾਂ, ਅਤੇ ਬੈਲ ਆਈਕਨ ਜ਼ਰੂਰ ਔਨ ਕਰ ਲਿਓ। ਥੈਂਕ ਯੂ ਜੀ। Thank you.